ਬਠਿੰਡਾ ਮੋਗਾ ਰੈਲੀ ਦੀ ਤਰ੍ਹਾਂ ਮਾਝੇ ਵਿੱਚ ਹੋਣ ਵਾਲੀ ਰੈਲੀ ਲਈ ਵੀ ਲੱਖਾਂ ਦਾ ਇਕੱਠ ਹੋਣ ਦਾ ਦਾਅਵਾ ਅਕਾਲੀ ਦਲ ਦੇ ਵੱਲੋਂ ਕੀਤਾ ਜਾ ਰਿਹਾ ਹੈ। ਅਕਾਲੀ ਦਲ ਦੇ ਸੀਨੀਅਰ ਨੇਤਾ ਪੂਰੀ ਤਰ੍ਹਾਂ ਰੈਲੀ ਦੀਆਂ ਤਿਆਰੀਆਂ 'ਚ ਜੁਟੇ ਹੋਏ ਨੇ। ਦਾਅਵੇ ਫਿਲਹਾਲ ਉਹੀ ਜੋ ਪਹਿਲੀਆਂ ਦੋ ਸਦਭਾਵਨਾ ਰੈਲੀਆਂ 'ਚ ਵੀ ਕੀਤੇ ਜਾ ਚੁੱਕੇ ਨੇ, ਪਰ ਹੁਣ ਪੂਰੇ ਕਿੰਨੇ ਕੁ ਹੋਣਗੇ ਇਹ ਰੈਲੀ ਤੋਂ ਬਾਅਦ ਹੀ ਪਤਾ ਲੱਗੇਗਾ। ਮੈਨੂੰ ਇਹ ਲੱਗਦਾ ਹੈ ਕਿ ਭਾਵੇਂ ਇਹ ਰੈਲੀ ਇੱਕ ਜ਼ਿਲ੍ਹੇ ਦੀ ਹੈ, ਪਰ ਇਹ ਬਠਿੰਡੇ ਦੇ ਮੁਕਾਬਲੇ ਦੀ ਰੈਲੀ ਜਿਹੜੀ ਹੈ ਹੋਊਗੀ। ਇਹਨਾਂ ਨੇ ਇਹ ਤਹੱਈਆ ਬਣਾਇਆ ਹੋਇਆ ਲੋਕਲ ਸਾਰੀ ਲੀਡਰਸ਼ਿਪ ਨੇ, ਅਤੇ ਇਸ ਕਰਕੇ ਜਿਸ ਤਰ੍ਹਾਂ ਦਾ ਸੰਦੇਸ਼ ਬਠਿੰਡੇ ਤੋਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਅਤੇ ਪਾਰਟੀ ਦੇ ਸਰਪ੍ਰਸਤ ਸਾਹਿਬ ਨੇ ਦਿੱਤਾ ਹੈ, ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਦਿੱਤਾ ਹੈ, ਔਰ ਜਿਸ ਤਰ੍ਹਾਂ ਦਾ ਲੋਕਾਂ ਨੇ ਉਸ ਗੱਲ ਨੂੰ ਤਸਲੀਮ ਕੀਤਾ ਹੈ ਕਿ ਕਿਸ ਤਰ੍ਹਾਂ ਦਾ ਮੈਸੇਜ ਮਿਲਿਆ ਪਾਰਟੀ ਵੱਲੋਂ, ਤਾਂ ਮੈਨੂੰ ਇਹ ਲੱਗਦਾ ਕਿ ਇਹ ਜਿਹੜਾ ਹੁਣ ਲੋਕ ਹੈ ਉਹ ਦਿਨ ਬਾ ਦਿਨ ਜਿਹੜੇ ਹੈ ਉਹ ਵੱਧਦੇ ਤੁਰੇ ਜਾ ਰਹੇ ਨੇ, ਅਤੇ ਔਰ ਬਹੁਤ ਵੱਡੀ ਰੈਲੀ ਹੋਣ ਦੀ ਉਮੀਦ ਹੈ। ਇੱਥੇ ਅੰਮ੍ਰਿਤਸਰ ਦੇ ਵਿੱਚ ਇਕੱਠ ਕਰਕੇ ਇੱਕ ਖਾਲਿਸਤਾਨ ਨੂੰ ਬਣਾਉਣ ਦੀ ਮੰਗ ਉੱਠੀ, ਇੱਕ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਦੀ ਗੱਲ ਉੱਠੀ, ਤਾਂ ਉਸ ਗੱਲ ਦੇ ਅਗੇਂਸਟ ਪੰਜਾਬ ਦਾ ਲੋਕ ਕੋਈ ਨਹੀਂ ਚਾਹੁੰਦੇ ਕਿ 30-35 ਸਾਲ ਵਾਲਾ ਪਹਿਲਾਂ ਵਾਲਾ ਦੌਰ ਜਿਹੜਾ ਦੁਹਰਾਇਆ ਜਾਵੇ। ਪੰਜਾਬ ਦੇ ਲੋਕਾਂ ਨੇ ਇੱਕੋ ਗੱਲ ਨੂੰ ਤਸਲੀਮ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਦੇ ਵਿੱਚ ਸ਼ਾਂਤੀ ਰੱਖ ਸਕਦੀ ਹੈ। ਸਦਭਾਵਨਾ ਰੈਲੀਆਂ ਦਾ ਦੌਰ, ਪਹਿਲਾ ਬਠਿੰਡਾ, ਦੂਸਰਾ ਮੋਗਾ ਅਤੇ ਤੀਸਰਾ ਮਾਝੇ ਦਾ ਜ਼ਿਲ੍ਹਾ ਗੁਰਦਾਸਪੁਰ। ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ 'ਤੇ ਹਨ। ਕੱਲ੍ਹ ਦੀ ਇਸ ਤਿਆਰੀ ਇਸ ਸਟੇਜ ਦੇ ਉੱਤੇ CM ਅਤੇ ਉਪ ਮੁੱਖ ਮੰਤਰੀ ਸੰਬੋਧਨ ਕਰਨਗੇ, ਅਤੇ ਜੋ ਅਕਾਲੀ ਦਲ ਦੇ ਲੀਡਰਾਂ ਦਾ ਦਾਅਵਾ ਹੈ ਕਿ ਹਜ਼ਾਰਾਂ ਦੀ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਲੋਕ ਜਿਹੜੇ ਸ਼ਾਮਿਲ ਹੋਣ ਜਾ ਰਹੇ ਆ, ਉਸੇ ਨੂੰ ਲੈ ਕੇ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਦੱਸੀ ਜਾ ਰਹੀ ਹੈ ਕਿ ਇਸ ਜਗ੍ਹਾ ਦੇ ਉੱਤੇ ਤੈਨਾਤ ਕੀਤੀ ਗਈ ਹੈ। 3 SSP ਜੋ ਪੂਰੇ ਕੜੇ ਇੰਤਜ਼ਾਮ ਕਰ ਰਹੇ ਨੇ, ਸਿਕਿਉਰਿਟੀਜ਼ ਹੈ, ਜੋ VVVIPs ਆ ਰਹੇ ਨੇ ਉਹਨਾਂ ਲਈ ਸਿਕਿਉਰਿਟੀਜ਼, ਹਰ ਤਰ੍ਹਾਂ ਦੀ ਜਿਹੜੀ ਹਰ ਪੱਖ ਦੇ ਨਾਲ ਇਸ ਜਗ੍ਹਾ ਨੂੰ ਪੂਰੀ ਤਰ੍ਹਾਂ ਪੈਕਡ ਕੀਤਾ ਗਿਆ। ਦੇਖਣ ਵਾਲਾ ਹੋਏਗਾ ਕਿ ਇੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਇਕੱਠੀ ਹੁੰਦੀ ਹੈ ਜਾਂ ਨਹੀਂ। ਗੁਰਪ੍ਰੀਤ ਸਿੰਘ ਚਾਵਲਾ, ਗਲੋਬਲ ਪੰਜਾਬ ਲੀਗ, ਗੁਰਦਾਸਪੁਰ ਤੋਂ।